जी अज मैं बेड की चादर बदलती आ सोफे वाली चादर मैडम छाती ग्रेसी जे भाई ये चित नहीं ठीक है इनू दवाई दी है इन्हें कुछ नहीं खाता अच्छ हाथ उठा हूं ही थोड़ा टाइम हो गया दवाई लेके आया घंटा क हो गया। हैलो अर्श अज सू दो बज गए वीडियो स्टार्ट कर दें आप खड़कुड़ी बिंदे बिंदे रोटी खान लगे आती है यदा मैं सिर बोनागा इन्हें गुत्त खोल ली इन मैं कहा गुत्त खोल ला तो फिर रोटी खाण करके तो इन्हें बालों से रबड़ चढ़ा ली तो गगन उधर रोटी बना के हटी है भांड धोई जी है नहा ली है। हैलो गगन हैलो जी सताल जी स्वागत है अपने मालवा ब्लॉग नवी शरारत तक चलो जी पहला मैं यदा सैर पाऊंगी तो अज मैं ना जो आंगनवाड़ी गई सी हजे सुती पई सी हर्षना सौं गई सी बाद उठी हैगी तो नहाता ली तो फिर मैं चल मैं तेरा सैर पा दूंगी तो कपड़े मैं धोई जाती सी तो मैं वीडियो स्टार्ट कर ली फिर टाइम डेढ़ बज गया मैं दो बही जाती सी तो चलो जी अच्छे आप लावे बूटे ये डैडी बूटे लेके आवे सोहने सोहने तो गमलिया लावे तो पहला मैं ये सर पा ला नहीं गया लो जी इन्ने धोले मैं आ दो कंबल भी धोगी आईजी ना धोगी थोड़े मैं चादर मशीन च पाती चादर एक मैं मशीन च पाती तो बाकी कपड़े मेरे धोते थे आ मैं इसी ना धोने मौजा तेने दिखाई होर भी देखो साड़ी नूह रहनी पई तो देखो इधर पोचे ला के कदों दे आ पे सीटे आ भी नहीं चक्के इन्हें लो जी इन्ने कपड़े मैं धोते तो अद्धे हजे मेरे धोने वाले पे क्योंकि लाइट बग गई तो उधर मैं चादर पाई पी कंध ते धुप बहुत हैगी तो चलो जी मैं चलती हूँ थले लो जी आह वाले बूटे लिया है नवे बाली सोहनी खुशबू होंगी इन्होंने चो ये लाने हजे तो एक आस एक आस ये फुला तो वह हैगी पनीरी गेंदे के बूटे लो जी इधर अपनी गुड़ वाली चाह बन गई तो बाल आ जूगा लो जी इत्थे अपना रूड़ी दी रेह विच मिक्स कीती अर्श ने मिट्टी ते गमलियां दे विच पा के ते इह हैगी बकरियां दी रेह मींगणा दी ते इहदे नाल बूटे वधिया बन जांदे हैगे सही है
ਕੰਬਲ ਰਹਿ ਗਿਆ ਧੋਣ ਵਾਲਾ, ਲੈਂਟ ਹੈ ਨਹੀਂ ਸੀ। ਆਹ ਆਪਣਾ ਧੋਤਾ ਗਿਆ, ਇਹ ਮੈਂ ਐਂ ਧਰ ਗਈ ਸੀਗੀ, ਅਤੇ ਆਹ ਸੁੱਕੀ ਜਾਂਦੇ ਕੱਪੜੇ, ਦੂਜੇ ਮੈਂ ਪਾਏ ਹੀ ਸੀਗੀ, ਅਤੇ ਮੈਂ ਇੱਥੇ ਐਂ ਸੁੱਕਣੇ ਪਾਤੇ, ਅਤੇ ਇਹ ਥੋੜ੍ਹੇ ਥੋੜ੍ਹੇ ਸਲਾਬੇ ਜਿਹੇ ਹੈਗੇ, ਅਤੇ ਉਹ ਸੁੱਕੇ ਮੈਂ ਟੋਕਰੀ 'ਚ ਪਾ ਤੇ ਇਹਦੀ ਫਿਰ ਤਹਿ ਮਾਰ ਲਵਾਂਗੇ। ਅਤੇ ਚਲੋ ਜੀ, ਫਿਰ ਹੁਣ ਦੋ ਦਿਨਾਂ ਦੇ ਸੀਗੇ ਕੱਪੜੇ ਵਾਲੇ ਸੀਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ। ਅਤੇ ਕੱਲ੍ਹ ਮੈਂ ਜਦੋਂ ਹਰਸ਼ ਦੇ ਡੈਡੀ ਬੂਟੇ ਲਵਾਈ ਜਾਂਦੇ ਸੀਗੇ, ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਬਣਾਈ ਗਈ। ਅਤੇ ਉਸ ਤੋਂ ਬਾਅਦ ਅੱਜ ਦਿਨ ਅਗਲਾ ਹੈਗਾ, ਅੱਜ ਦਿਨ ਹੈਗਾ ਬੁੱਧਵਾਰ, ਅਤੇ ਹੁਣ ਆਪਾਂ ਵੀਡੀਓ ਸਟਾਰਟ ਕੀਤੀ ਹੈਗੀ 3 ਵਜਣ ਵਾਲੀ ਹੈਗੇ, ਅਤੇ ਆਪਾਂ ਬਣਾਈ ਜਾਂਦੇ ਚਾਹ। ਅਤੇ ਚਲੋ ਜੀ, ਹੁਣ ਆਪਾਂ ਚਾਹ ਪੀ ਕੇ ਫਿਰ ਇਸ ਤਰ੍ਹਾਂ ਦੀ ਵੀਡੀਓ ਵੀ ਬਣਾਵਾਂਗੇ। ਲਓ ਜੀ, ਆਪਣੀ ਚਾਹ ਬਣੀ ਹੈ ਜੀ ਦੁਪਹਿਰ ਵਾਲੀ। ਉਸ ਤੋਂ ਬਾਅਦ ਮੈਂ ਮੱਖਣੀ ਧਰ ਦੂੰਗੀ। ਆਹ ਮੱਖਣੀ ਮੈਂ ਬਣਾ ਕੇ ਮੁੜ ਕੇ ਧਰੀ ਨਹੀਂ ਗੀ, ਇਹਦੇ ਵਿੱਚੋਂ ਅਸੀਂ 2-3 ਵਾਰ ਕੱਢ ਲਈ ਖਾਣ ਵਾਸਤੇ। ਹੁਣ ਇਹਦਾ ਆਪਾਂ ਬਣਾ ਕੇ ਰੱਖ ਦਾਂਗੇ ਘਿਓ। ਲਓ ਜੀ, 2 ਕੰਬਲ ਅਤੇ 1 ਚਾਦਰ ਮੈਂ ਅੱਜ ਦਊਂਗੀ। ਥੋੜ੍ਹੇ ਜਿਹੇ ਪਾਉਣ ਵਾਲੇ ਕੱਪੜੇ, ਥੋੜ੍ਹੇ ਜਿਹੇ ਮੈਂ ਇਹਦੇ ਵਿੱਚ ਮਸ਼ੀਨ 'ਚ ਪਾ ਕੇ, ਮਸ਼ੀਨ ਚੱਲੀ ਜਾਂਦੀ ਹੈਗੀ। ਚਾਦਰ ਵੀ ਮੈਂ ਠੀਕ ਕਰਤੀ। ਕੀ ਕਰੀ ਇੰਨੇ ਨਾ, ਅਤੇ ਭਾਂਡੇ ਮਾਂਜਣ ਵਾਲੇ ਹੈਗੇ ਥੋੜ੍ਹੇ ਜਿਹੇ, ਮੇਰੇ ਚਾਹ ਲਈ ਹੈਗੇ ਭਾਂਡੇ ਮਾਂਜ ਕੇ, ਅਤੇ ਫਿਰ ਮੈਂ ਘਿਓ, ਹਜੇ ਮੇਰਾ ਅੱਧਾ ਪਿਆਜ਼ ਬਣਾਉਣ ਵਾਲਾ, ਹਜੇ ਉਹ ਨਹੀਂ ਕੀਤਾ ਗਾ, ਕੋਲ ਖੜ ਕੇ ਬਣਾਉਂਗੇ। ਲਓ ਜੀ, ਬਾਥਰੂਮ ਵੀ ਸਾਫ਼ ਹੋ ਗਿਆ ਆਪਣਾ, ਅਤੇ ਕੱਪੜੇ ਵੀ ਧੋਤੇ ਗਏ, ਇੰਨੀ ਕੱਲ੍ਹ ਧੋਤੇ ਸੀ, ਕੱਲ੍ਹ ਤਾਂ ਵੈਸੇ ਜ਼ਿਆਦਾ ਸੀਗੇ। ਕਾਪੀ ਚੱਕ ਲਾ, ਕਾਪੀ ਇੱਧਰ। ਕੀ ਕਿਹਾ ਅਰਸ਼ ਨੇ ਤੈਨੂੰ? ਸਾਧਮ ਦਿਸੀ ਜਾਂਦਾ ਇਹਦੇ ਵਿੱਚ ਸਾਰਾ ਕੁਛ। ਚੱਲ ਅਰਸ਼ ਰੱਖਿਆ ਟੋਕਰੀ ਫਿਰ। ਚੱਲ ਚਲੋ ਜੀ, ਮੈਂ ਸੁੱਕਣੇ ਪਾਇਆ ਮੈਂ ਕੱਪੜੇ, ਫਿਰ ਆ ਕੇ ਸਬਜ਼ੀ ਸੁਬਜ਼ੀ ਦੇਖਦੇ ਹਾਂ ਕੋਈ। ਲਓ ਜੀ, ਅੱਜ ਵੀ ਮੈਂ ਮੋਟੇ ਕੱਪੜੇ 2 ਕੰਬਲ ਧੋਤੇ ਹੈਗੇ ਗਰਮ ਉੱਤੇ ਲੈਣ ਵਾਲੇ, ਅਤੇ ਇੱਕ ਦੀਵਾਨ ਦੀ ਚਾਦਰ ਜਿਹੜੀ ਮੈਂ ਸੋਫੇ 'ਤੇ ਵਿਛਾਉਂਦੀ ਹੁੰਦੀ ਹਾਂ। ਬਾਕੀ ਆਹ ਵਾਲੇ ਕੱਪੜੇ ਅੱਜ ਥੋੜ੍ਹੇ ਸੀ, ਅੱਜ ਫਿਰ ਮੈਂ ਕਿਹਾ ਮੈਂ ਧੋ ਹੀ ਲਾਵਾਂ, ਫਿਰ ਮੈਨੂੰ ਹੀ ਧੋਣੇ ਪੈਂਦੇ, ਫਿਰ ਬਾਹਲੇ ਹੋ ਜਾਂਦੇ ਹੈਗੇ। ਅਤੇ ਆਹ ਇੱਕ ਪੈਂਟ ਹੈ, ਇੱਧਰ ਰੱਖਤੀ, ਇੱਧਰ ਪਾਤੀ ਮੈਂ। ਅਤੇ ਚਲੋ ਜੀ, ਹੁਣ ਮੈਂ ਚੱਲਦੀ ਹੈਗੀ ਥੱਲੇ। ਲਓ ਜੀ, ਦਾਲ ਆਪਾਂ ਨੇ ਭਿਉਂਤੀ ਮਿਕਸ ਧਰਾਂਗੇ ਅੱਜ, ਅਤੇ ਲਸਣ ਵੀ ਛਿੱਲ ਲਿਆ, ਅਤੇ ਇੱਧਰ ਆਪਣਾ ਘਿਓ ਵੀ ਬਣ ਗਿਆ। ਅਤੇ ਅੱਜ ਮੈਂ ਸਵੇਰ ਦਾ ਸੈਰ ਨਹੀਂ ਵਾਹਿਆ, ਮੈਂ ਨਹਾ ਕੇ ਐਂ ਵਗ ਗਈ ਸੀਗੀ, ਅਤੇ ਐਂ ਲਵੇਟੀ ਫਿਰਤੀ ਹੈਗੀ, ਬਾਅਦ 'ਚ ਵੀ ਨਹੀਂ ਆ ਕੇ ਕੰਘਾ ਮਾਰੇਗਾ। ਅੱਜ ਆਪਾਂ ਬਣਾਵਾਂਗੇ ਮਿਕਸ ਦਾਲ, ਅਤੇ ਆ ਕੇ ਫਿਰ ਮੈਂ ਕੀ ਕਰਨੀ, ਹਾਂ ਰੋਟੀ ਬਣਾਈ ਇਹਦੇ ਡੈਡੀ ਵਾਸਤੇ 1-2, ਅਤੇ ਰੋਟੀ ਬਣਾ ਕੇ ਫਿਰ ਮੈਂ ਫੜਾ ਕੇ ਇਹਨਾਂ ਨੂੰ, ਅਤੇ ਇਹ ਵੀ ਸੌਂਗੇ, ਅਤੇ ਹਰਸ਼ ਗਗਨ ਵੀ ਸੌਂਗੀ। ਫਿਰ ਮੈਂ ਮਤਲਬ ਕੋਈ ਕੰਮ ਤਾਂ ਹੈ ਨਹੀਂ, ਦੁਪਹਿਰਾ ਹੋ ਜਾਂਦੀ ਸੀਗਾ, ਅਤੇ ਫਿਰ ਮੈਂ ਵੀ ਸੌਂਗੀ 3 ਵਜੇ ਚਾਹ ਬਣਾ ਕੇ। ਉਸ ਤੋਂ ਬਾਅਦ ਫਿਰ ਮੈਂ ਕੱਪੜੇ ਕੁੱਪੜੇ ਧੋਤੇ, ਕੱਪੜੇ ਧੋ ਕੇ ਬਸ ਹੁਣ ਥੋੜ੍ਹਾ ਟਾਈਮ ਹੀ ਹੋਇਆ ਮੈਨੂੰ ਆਈ ਨੂੰ, ਅਤੇ ਥੱਲੇ ਆਈ ਹਾਂ ਮੈਂ, ਆ ਕੇ ਦਾਲ ਹੀ ਭਿਉਂਤੀ ਹੈਗੀ, ਅਤੇ ਮੁੜ ਕੇ ਮੈਂ ਚਲੋ ਥੋੜ੍ਹੀ ਜਿਹੀ ਵੀਡੀਓ ਪਹਿਲਾਂ ਵਾਲੀ ਪਈ ਹੈਗੀ, ਅਤੇ ਹੁਣ ਮੈਂ ਟਾਈਮ ਲਾ ਕੇ ਦਾਲ ਧਰ ਕੇ ਮੈਂ ਵੀਡੀਓ ਉਹ ਕਰ ਲੂੰਗੀ, ਐਡਿਟ ਕਰ ਲੂੰਗੀ। ਅਤੇ ਚਲੋ ਜੀ, ਅੱਜ ਦੀ ਵੀਡੀਓ ਦੇ ਸਮਾਪਤੀ ਕਰਾਂਗੇ ਆਪਾਂ ਇੱਥੇ, ਅਤੇ ਫਿਰ ਮਿਲਦੀ ਹੈ ਇੱਕ ਨਵੀਂ ਹੋਰ ਵੀਡੀਓ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਐ ਨਹੀਂ ਕਰਨਾ, ਆਂਟੀ ਨੇ ਕਿਹਾ ਸੀ ਸਤਿ ਸ਼੍ਰੀ ਅਕਾਲ, ਚੰਗੀ ਤਰ੍ਹਾਂ ਬੁਲਾਇਆ ਕਰ, ਲੈ ਬੁਲਾ ਦੇ, ਕਰਦੇ ਸਤਿ ਸ਼੍ਰੀ ਅਕਾਲ। ਮੇਰੇ ਹੱਥ 'ਚ ਤਾਂ ਫੋਨ ਹੁੰਦਾ ਹੈਗਾ, ਕਰੀ ਸਤਿ ਸ਼੍ਰੀ ਅਕਾਲ, ਹਾਂ ਐਂ ਕਰੀਦਾ ਹੁੰਦੀ ਹੈਗੀ। ਅਤੇ ਚਲੋ ਜੀ, ਫਿਰ ਮਿਲਦੀ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ।